ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ 168 ਕਰੋੜ ਦੇ ਮਾਲਕ ਰਾਣਾ ਗੁਰਜੀਤ ਸਿੰਘ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਅਸਤੀਫਾ ਮਨਜ਼ੂਰ ਹੋਣ ਤੋਂ ਲਗਭਗ ਇੱਕ ਮਹੀਨੇ ਬਾਅਦ ਹੁਣ ਰਾਣਾ ਗੁਰਜੀਤ ਇੱਕ ਨਵੇਂ ਵਿਵਾਦ ਵਿੱਚ ਫਸਦੇ ਨਜ਼ਰ ਆ ਰਹੇ ਨੇ। ਰਾਣਾ ਗੁਰਜੀਤ ਸਿੰਘ ਦੇ ਚੰਡੀਗੜ੍ਹ ਸਥਿਤ ਰਾਣਾ ਗਰੁੱਪ ਆਫ ਕੰਪਨੀ ਦੇ ਦਫ਼ਤਰ ਉੱਪਰ ਇਨਕਮ ਟੈਕਸ ਦੇ ਅਧਿਕਾਰੀਆਂ ਨੇ ਛਾਪੇਮਾਰੀ ਕੀਤੀ, ਜੋ ਕਿ ਦੂਜੇ ਦਿਨ ਵੀ ਜਾਰੀ ਹੈ। ਇਨਕਮ ਟੈਕਸ ਦੀ ਟੀਮ ਚੰਡੀਗੜ੍ਹ ਦੇ ਸੈਕਟਰ 8 ਸਥਿਤ ਰਾਣਾ ਗਰੁੱਪ ਆਫ ਕੰਪਨੀ ਦੇ ਦਫ਼ਤਰ ਪਹੁੰਚੀ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਦਫ਼ਤਰ ਦੇ ਮੁਲਾਜ਼ਮਾਂ ਨੂੰ ਦਫ਼ਤਰ ਦੇ ਬਾਹਰ ਹੀ ਰੋਕ ਦਿੱਤਾ। ਸੁਖਪਾਲ ਸਿੰਘ ਖਹਿਰਾ ਨੇ ਰਾਣਾ ਗੁਰਜੀਤ ਤੇ ਬੋਲਦਿਆਂ ਕਿਹਾ ਕਿ ਜੋ ਰਾਣਾ ਗੁਰਜੀਤ ਨੇ ਕੀਤਾ ਹੈ ਉਹ ਹੁਣ ਭਰ ਰਿਹਾ ਹੈ। ਉਹ ਕਹਿੰਦੇ ਨੇ ਜੀ ਕਿ ਮਰੇ ਹੋਏ ਘੋੜੇ ਨੂੰ ਹੋਰ ਮਾਰਨ ਦੀ ਲੋੜ ਨਹੀਂ, ਦੇਰ ਇਜ਼ ਨੋ ਪੁਆਇੰਟ ਫਲੋਗਿੰਗ ਏ ਡੈਡ ਹਾਰਸ। ਪਰ ਜੋ ਰਾਣਾ ਗੁਰਜੀਤ ਦੀ ਕਾਰਜਸ਼ੈਲੀ ਆ, ਜਿਸ ਢੰਗ ਦੇ ਨਾਲ ਉਹਨਾਂ ਨੇ ਬੈਂਕਾਂ ਨਾਲ ਧੋਖਾਧੜੀ, ਰੇਤਾ ਬਜਰੀ ਦੇ ਸਿਲਸਿਲੇ ਧੋਖਾਧੜੀ, ਬਾਹਰਲੇ ਵਿਦੇਸ਼ਾਂ ਦੇ ਵਿੱਚ ਫੈਮਾ ਦੇ ਲਾਅਸ ਤੋੜੇ ਨੇ, ਇਹ ਨਜ਼ਰ ਆਉਂਦਾ ਕਿ ਉਹ ਕੰਪਲਸਿਵ ਲਾਅ ਬ੍ਰੇਕਰ ਨੇ। ਔਰ ਅੱਜ ਪਤਾ ਲੱਗਿਆ ਕਿ ਇਨਕਮ ਟੈਕਸ ਅਥਾਰਟੀਜ਼ ਨੇ ਵੱਡੇ ਪੈਮਾਨੇ 'ਤੇ ਉਹਨਾਂ ਦੇ ਆਫਿਸ ਦੇ ਉਹਨੂੰ ਸੀਲ ਕਰਕੇ ਉਹਨਾਂ 'ਤੇ ਇਨਕਮ ਟੈਕਸ ਰੇਟ ਜਾਰੀ ਨੇ। ਔਰ ਉਹਨਾਂ ਦੇ ਜਿਹੜੇ ਚਾਰਟਰਡ ਅਕਾਊਂਟੈਂਟਸ ਆ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਸਰਚ ਅਤੇ ਸੀਜ਼ਰ ਅਤੇ ਰੇਡਸ ਹੋ ਰਹੇ ਨੇ। ਇਹ ਮੈਂ ਸਮਝਦਾ ਉਹ ਕਹਿੰਦੇ ਨੇ ਜੈਸੀ ਕਰਨੀ ਵੈਸੀ ਭਰਨੀ, ਸੋ ਜੇ ਗਲਤ ਕੰਮ ਕਰਾਂਗੇ ਤਾਂ ਉਹਦਾ ਸਿੱਟਾ ਜਿਹੜਾ ਹੈ ਗਲਤ ਹੋਵੇਗਾ। ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਆਦਮੀ ਜਿਹੜੇ ਇਸ ਦੇਸ਼ ਦੇ ਟੈਕਸ ਦੇ ਨਾਲ ਚੋਰੀ ਕਰਦੇ ਨੇ, ਉਹਨਾਂ ਨੂੰ ਅਵਸ਼ ਉਹਨਾਂ ਦਾ ਬਣਦਾ ਸਥਾਨ ਦਿਖਾਉਣਾ ਚਾਹੀਦਾ ਸਰਕਾਰਾਂ ਨੂੰ। ਉਧਰ ਭਗਵੰਤ ਮਾਨ ਨੇ ਇਸ ਮੁੱਦੇ ਤੇ ਬੋਲਦਿਆਂ ਕਿਹਾ ਕਿ ਰਾਣੇ ਗੁਰਜੀਤ ਦੇ ਘਪਲਿਆਂ ਬਾਰੇ ਸਭ ਨੂੰ ਪਤਾ ਹੈ, ਕੁਛ ਨਾ ਕੁਛ ਗੜਬੜ ਹੋਵੇਗੀ, ਤਦ ਹੀ ਇਨਕਮ ਟੈਕਸ ਨੇ ਛਾਪੇਮਾਰੀ ਕੀਤੀ ਹੈ। ਰਾਣਾ ਗੁਰਜੀਤ ਦੇ ਇਨਕਮ ਦਫ਼ਤਰਾਂ ਤੇ ਇਨਕਮ ਟੈਕਸ ਦਾ ਦੇਖੋ ਜੀ, ਦੇਖੋ ਜੱਗ ਜਾਹਰ ਹੈ ਤਾਂ ਹੁਣ ਕਿ ਉਹਨਾਂ ਨੇ ਕਿਸ ਤਰ੍ਹਾਂ ਰੇਤੇ ਦੀਆਂ ਖੱਡਾਂ ਦੇ ਵਿੱਚ ਘਪਲੇ ਕੀਤੇ, ਕਿਸ ਤਰ੍ਹਾਂ ਉਹਨਾਂ ਦੀਆਂ ਸ਼ੂਗਰ ਮਿੱਲਾਂ ਦੇ ਵਿੱਚ ਟਰੱਕ ਹੀ ਗਾਇਬ ਹੋ ਜਾਂਦੇ ਨੇ। ਸੋ ਕੁਛ ਨਾ ਕੁਛ ਤਾਂ ਹੋਊਗਾ। ਪਹਿਲਾਂ ਈਡੀ ਨੂੰ ਉਹਨਾਂ ਦੇ ਬੇਟੇ ਨੂੰ ਈਡੀ ਨੇ ਵੀ ਬੁਲਾਇਆ ਸੀ, ਸੋ ਕੋਈ ਨਾ ਕੋਈ ਉਹਨੂੰ ਜਿਹੜਾ ਈਡੀ ਨੂੰ ਜਾਂ ਇਨਕਮ ਟੈਕਸ ਨੂੰ ਸ਼ੱਕ ਹੋਊਗਾ। ਅਤੇ ਉਧਰ ਕਾਂਗਰਸ ਆਗੂ ਰਾਜਕੁਮਾਰ ਵੇਰਕਾ ਇਸ ਮੁੱਦੇ ਤੇ ਖੁੱਲ ਕੇ ਬੋਲਦੇ ਤਾਂ ਨਜ਼ਰ ਨਹੀਂ ਆਏ, ਲੇਕਿਨ ਉਹਨਾਂ ਨੇ ਕਿਹਾ ਕਿ ਅਗਰ ਅਧਿਕਾਰੀਆਂ ਕੋਲ ਕੋਈ ਸ਼ਿਕਾਇਤ ਹੈ ਤਾਂ ਉਹ ਆਪਣੀ ਜਾਂਚ ਕਰਨ। ਅਧਿਕਾਰੀਓ ਕੇ ਪਾਸ ਅਧਿਕਾਰ ਹੈ ਕਿ ਉਨਕੇ ਪਾਸ ਕੋਈ ਸ਼ਿਕਾਇਤ ਹੈ ਜਾਂ ਐਸੀ ਕੋਈ ਬਾਤ ਹੈ ਤਾਂ ਉਹ ਜਾਂਚ ਕਰੇ, ਹਮੇ ਉਨਕੀ ਜਾਂਚ ਸੇ ਕੋਈ ਆਪਤੀ ਨਹੀਂ ਹੈ। ਤੁਹਾਨੂੰ ਇੱਥੇ ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦ ਰਾਣਾ ਗੁਰਜੀਤ ਸਿੰਘ ਵਿਵਾਦਾਂ 'ਚ ਘਿਰੇ ਹੋਣ। ਸਾਲ 2000 ਵਿੱਚ ਰਾਣਾ ਗੁਰਜੀਤ ਸਿੰਘ ਨੇ ਜਲੰਧਰ ਦੇ ਡਿਫੈਂਸ ਕਲੋਨੀ ਵਿੱਚ ਰਹਿਣ ਲਈ ਕੋਠੀ ਕਿਰਾਏ 'ਤੇ ਲਈ ਹੋਈ ਸੀ। ਇਸਦਾ ਕਰਾਰਨਾਮਾ ਰਾਣੇ ਦੇ ਪੁੱਤਰ ਇੰਦਰ ਪ੍ਰਤਾਪ ਸਿੰਘ ਦੇ ਨਾਂ 'ਤੇ ਸੀ ਅਤੇ ਕੋਠੀ ਦਾ ਅਸਲ ਮਾਲਕ ਬ੍ਰਿਗੇਡੀਅਰ ਰਣਜੀਤ ਸਿੰਘ ਘੁੰਮਣ ਸੀ, ਜਿਸ ਨੂੰ ਕੋਠੀ ਖਾਲੀ ਕਰਵਾਉਣ ਲਈ ਅਦਾਲਤ ਦਾ ਸਹਾਰਾ ਲੈਣਾ ਪਿਆ ਸੀ। ਇਸ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਦੇ ਹੋਰ ਵਿਵਾਦਾਂ 'ਚ ਨਾਮ ਜੁੜਿਆ, ਜਿਸ ਵਿੱਚ ਰਾਣਾ ਗੁਰਜੀਤ ਸਿੰਘ ਨੇ ਚੰਡੀਗੜ੍ਹ ਦੇ ਨੇੜਲੇ ਪਿੰਡ ਸਿਉਂਕ ਦੀ 147 ਕਨਾਲ ਸ਼ਾਮਲਾ ਜ਼ਮੀਨ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ਕਰਵਾ ਲਈ, ਪਰ ਕਾਨੂੰਨ ਦੇ ਮੁਤਾਬਕ ਕਿਸੇ ਵੀ ਸ਼ਾਮਲਾ ਜ਼ਮੀਨ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਤੋਂ ਬਾਅਦ ਇੱਕ ਹੋਰ ਵਿਵਾਦ 'ਚ ਉਹਨਾਂ ਦਾ ਨਾਮ ਜੁੜਿਆ, ਜਿਸ ਵਿੱਚ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਨੂੰ 100 ਕਰੋੜ ਦੇ ਮਾਮਲੇ 'ਚ ਫੀਮਾ ਦੀ ਉਲੰਘਣਾ ਕਰਨ ਦੇ ਇਲਜ਼ਾਮ 'ਚ ਇੰਦਰ ਪ੍ਰਤਾਪ ਤੋਂ ਈਡੀ ਨੇ 8 ਘੰਟੇ ਲਗਾਤਾਰ ਪੁੱਛਗਿੱਛ ਕੀਤੀ। ਇਲਜ਼ਾਮ ਸੀ ਕਿ ਉਹਨਾਂ ਨੇ ਵਿਦੇਸ਼ 'ਚ ਆਪਣੇ ਸ਼ੇਅਰ ਜਾਰੀ ਕੀਤੇ ਸੀ, ਜਿਸ ਵਿੱਚ ਇੰਦਰ ਪ੍ਰਤਾਪ ਨੇ ਭਾਰਤੀ ਰਿਜ਼ਰਵ ਬੈਂਕ ਅਤੇ ਸੇਬੀ ਦੀ ਪ੍ਰਵਾਨਗੀ ਨਹੀਂ ਲਿੱਤੀ। ਰਾਣਾ ਖਿਲਾਫ ਸਭ ਤੋਂ ਵੱਡਾ ਦੋਸ਼ ਰੇਤੇ ਦੀਆਂ ਖੱਡਾਂ 'ਚ ਨਜਾਇਜ਼ ਮਾਈਨਿੰਗ ਦਾ ਲੱਗਾ ਸੀ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਲਜ਼ਾਮ ਦੀ ਜਾਂਚ ਕਰਨ ਲਈ ਨਾਰੰਗ ਕਮਿਸ਼ਨ ਵੀ ਬਣਾਇਆ ਅਤੇ ਇਸ ਦੀ ਜਾਂਚ ਵੀ ਕਰਵਾਈ, ਜਿਸ ਵਿੱਚ ਰਾਣੇ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਗਈ। ਪਰ ਵਿਰੋਧੀਆਂ ਦੇ ਵਿਰੋਧ ਅਤੇ ਰਾਹੁਲ ਗਾਂਧੀ ਦੇ ਅੱਗੇ ਅਖੀਰ ਰਾਣਾ ਗੁਰਜੀਤ ਨੂੰ ਆਪਣਾ ਅਹੁਦਾ ਛੱਡਣਾ ਪਿਆ।